ਇੰਜਨ ਗੇਅਰ ਦੀ ਫੁੱਲ ਗਰੰਟੀ ਹੁੰਦੀ ਬਾਈਆਂ ਦੀ, ਬਾਈ ਕੋਈ ਦਿੱਕਤ ਨਹੀਂ, ਆਰਾਮ ਵਧੀਆ ਹੋ ਯਾਰ, ਕੋਈ ਦਿੱਕਤ ਨਹੀਂ। ਤੁਸੀਂ ਇੱਕ ਵਾਰ ਆਓਗੇ ਤਾਂ ਤੁਸੀਂ ਕਹੋਗੇ ਘਰ ਵਰਗਾ ਮਾਹੌਲ ਬਣੂਗਾ ਬਾਈ, ਜਦੋਂ ਮਰਜ਼ੀ ਆ ਜਾਓ। ਇੰਜਨ ਗੇਅਰ ਦੀ ਗਰੰਟੀ ਮਿਲਣੀ ਆ, ਘਰ ਦਾ ਮਾਹੌਲ ਤਾਂ ਮਿਲਣਾ ਹੀ ਮਿਲਣਾ, ਉਹ ਤਾਂ ਕਹਿਣ ਦੀ ਲੋੜ ਹੀ ਨਹੀਂ। ਸਰਕਾਰ ਨੇ ਅਲਾਓ ਕਰਤਾ ਸੀ ਨਾ 2018-19 ਤੋਂ ਬਾਅਦ ਕਾਰਾਂ 'ਚ ਜਾਂ ਕੈਮਰਾ ਲੱਗੂਗਾ ਜਾਂ ਸੈਂਸਰ, ਇੱਕ ਚੀਜ਼ ਲੱਗਣੀ ਹੈ। ਠੀਕ ਹੈ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਅਤੇ ਅੱਜ ਬਾਈ ਆਪਾਂ ਖੜੇ ਹਾਂ ਲੁਧਿਆਣੇ, ਹੈ ਨਾ, ਕਮਲ ਆਟੋ ਡੀਲ ਲੁਧਿਆਣਾ ਤੇ। ਅਤੇ ਬਾਈ ਆਹ ਵਾਲੀ ਕਾਰ ਹੈ ਨਾ ਮਾਰਕੀਟ ਦੇ ਵਿੱਚ ਨਹੀਂ ਮਿਲਦੀ, ਕੰਪਨੀ ਚ ਵੀ ਬੰਦ ਹੋ ਗਈ ਨਾ? ਬਿਲਕੁਲ ਜੀ, ਬਿਲਕੁਲ। ਤੇ ਊ ਵੀ ਪੁਰਾਣੀਆਂ ਦੇ ਵਿੱਚ ਬਹੁਤ ਘੱਟ ਮਿਲਦੀ ਆ। ਪੁਰਾਣੀ ਚੋਂ ਇਹ ਬਹੁਤ ਘੱਟ ਲਈਆਂ ਲੋਕਾਂ ਨੇ, ਜਦੋਂ ਨਵੀਂ ਸ਼ੇਪ ਆਈ ਸਾਰੇ ਪੈਟਰੋਲ ਲੈਣ ਚਲੇ ਗਏ। ਠੀਕ ਹੈ, ਜਦੋਂ ਡੀਜ਼ਲ ਲੈਣ ਗਏ ਉਦੋਂ ਡੀਜ਼ਲ ਬੰਦ ਹੋ ਗਈ, ਡੀਜ਼ਲ ਬੰਦ ਹੋ ਗਈ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ, ਡੀਜ਼ਲ ਦੀ ਕਾਰ ਆ, ਮਾਰਕੀਟ 'ਚ ਨਹੀਂ ਮਿਲਦੀ ਹੈਗੀ, ਨਾ ਨਵੀਂ ਮਿਲੇ, ਪੁਰਾਣੀ ਦਾ ਬਹੁਤ ਘੱਟ ਮਿਲਦੀ। ਅਤੇ ਅੱਜ ਆਪਣੇ ਲਵੇ ਖੜੀ, ਅਗਰ ਕਿਸੇ ਨੇ ਲੈਣੀ ਆ ਤਾਂ ਤੁਸੀਂ ਆਹ ਵਾਲੀ ਕਾਰ ਬਾਏ ਕਰ ਸਕਦੇ ਹੋ। ਕੀ ਕੁਛ ਫੀਚਰ ਰਹਿਣਗੇ ਮਾੜੇ ਮੋਟੇ ਤੁਹਾਨੂੰ ਦੱਸਾਂਗੇ ਬਾਈ, ਹੈ ਨਾ। ਤੇ ਜਿਹੜੇ ਭਰਾ ਹਨਾ ਵੀ ਗੱਡੀ ਲੈਣ ਦਾ ਮਨ ਬਣਾ ਰਹੇ ਨੇ, ਜਿਨ੍ਹਾਂ ਨੇ ਹਾਲ ਤੱਕ ਇੱਦਾਂ ਦੀ ਕਾਰ ਨਹੀਂ ਦੇਖੀ, ਇਹ ਵਾਲੀ ਕਾਰ ਨਹੀਂ ਦੇਖੀ ਨਾ ਸਵਿਫਟ, ਹਾਂਜੀ, ਤਾਂ ਤੁਹਾਨੂੰ ਫੀਚਰਾਂ ਬਾਰੇ ਦੱਸਾਂਗੇ। ਬਿਲਕੁਲ। ਤੇ ਭਾਵੇਂ ਬਿਲਡ ਕੁਆਲਿਟੀ ਥੋੜੀ ਮਾੜੀ ਹੁੰਦੀ ਹੈਗੀ ਆਪਾਂ ਕਾਰ ਆਪਾਂ ਐਵੇਂ ਕਹਦੀ ਹੈ ਨਾ ਬਾਈ, ਹਾਂ ਬਿਲਕੁਲ, ਪਰ ਇੰਜਨ ਪੱਖੋਂ ਕਾਰ ਵਧੀਆ, ਇੰਜਨ ਤਾਂ ਇਹ 'ਚ ਪੂਰਾ ਟੌਪ ਦਾ, ਇੰਜਨ ਇਹਨਾਂ ਕਾਰਾਂ ਵਰਗਾ ਨਹੀਂ ਬਣਿਆ, ਵਧੀਆ ਕਾਰਾਂ ਨੇ। ਇਹ ਮਾਡਲ ਕਿੰਨਾ ਵੀਰੇ? ਇਹ ਵੀਰੇ 2019 ਮਾਡਲ ਆ, ਹਾਂਜੀ, ਠੀਕ ਹੈ ਜੀ। ਸਵਿਫਟ VDI ਵੇਰੀਐਂਟ ਆ ਇਹ, ਹਾਂਜੀ, ਠੀਕ ਹੈ। ਪਹਿਲੇ ਨਾਮ ਦੀ ਗੱਡੀ ਆ, ਪੰਜਾਬ ਨੰਬਰ ਦੀ, ਹਾਂਜੀ, ਠੀਕ ਹੈ ਵੀਰੇ। ਅਮਲੋਹ ਦਾ ਨੰਬਰ ਆ ਇਹ, PB48, ਪੱਕਾ ਨੰਬਰ ਆਪਣਾ, ਕੋਈ ਉਹ ਕਰਦੇ ਨਹੀਂ ਹੈਗੇ, ਆਪਾਂ ਕੰਮ ਘੱਟ ਕਰਦੇ। ਤੇ ਬਾਈਆਂ ਦਾ ਇੱਕ ਗੱਲ ਹੋਰ, ਹਾਂ ਵੀ ਖਾਸੀਅਤ ਹੈ ਵੀ ਹੋਰ ਕਾਰਾਂ ਦੇ ਜਿਵੇਂ ਆਪਾਂ ਕਹਦੇ ਵੀ ਦਿੱਲੀ ਹਰਿਆਣਾ 'ਚ ਨਹੀਂ ਡੀਲ ਕਰਦੇ, ਕੀ ਕਹਿਣਾ ਕੋਈ ਬਾਹਲੀ ਨਜਾਇਜ਼ ਸੋਹਣੀ ਕਾਰ ਆ ਜੇ, ਹੈ ਨਾ, ਤਾਂ ਬਾਏ ਕਰ ਲੈਂਦੇ ਨੇ, ਅਦਰਵਾਈਜ਼ ਨਹੀਂ। ਇੰਜਨ ਗੇਅਰ ਦੀ ਫੁੱਲ ਗਰੰਟੀ ਹੁੰਦੀ ਬਾਈਆਂ ਦੀ, ਬਾਈ ਕੋਈ ਦਿੱਕਤ ਨਹੀਂ, ਆਰਾਮ ਵਧੀਆ ਹੋ ਯਾਰ, ਕੋਈ ਦਿੱਕਤ ਨਹੀਂ। ਤੁਸੀਂ ਇੱਕ ਵਾਰ ਆਓਗੇ ਤਾਂ ਤੁਸੀਂ ਕਹੋਗੇ ਘਰ ਵਰਗਾ ਮਾਹੌਲ ਬਣੂਗਾ ਬਾਈ, ਜਦੋਂ ਮਰਜ਼ੀ ਆ ਜਾਓ। ਇੰਜਨ ਗੇਅਰ ਦੀ ਗਰੰਟੀ ਮਿਲਣੀ ਆ, ਘਰ ਦਾ ਮਾਹੌਲ ਤਾਂ ਮਿਲਣਾ ਹੀ ਮਿਲਣਾ, ਤਾਂ ਕਹਿਣ ਦੀ ਲੋੜ ਹੀ ਨਹੀਂ ਗੀ। ਤੇ ਮਾਡਲ ਹੈਗੀ 18 19 ਮਾਡਲ 2019 ਮਾਡਲ, ਠੀਕ ਹੈ ਵੀਰੇ। ਅੱਛਾ, ਚੱਲੀ ਕਿੰਨੀ ਕੋਈ ਇਹ? ਇਹ ਵੀਰੇ 70,000 ਕਿਲੋਮੀਟਰ ਚੱਲੀ ਹੋਈ ਆ ਗੱਡੀ। ਓਕੇ, ਅੱਛਾ, ਉਹਨਾਂ ਦੇ 'ਚ ਦੇਖੋ ਫੀਚਰ ਤਾਂ ਹੁੰਦੇ ਨੇ, ਘੱਟ ਹੀ ਹੁੰਦੇ ਨੇ। ਕਿਹੜੇ ਫੀਚਰ ਹੁੰਦੇ? ਦੂਜੇ ਵਰਗੇ ਹੁੰਦੇ ਨੇ ਜਾਂ ਫਰਕ ਹੁੰਦਾ ਮਾੜਾ ਮੋਟਾ? ਥੋੜ੍ਹਾ ਬਹੁਤ ਫਰਕ ਹੁੰਦਾ ਉਹਦੇ ਨਾਲ, ਜਿਵੇਂ ਹੁਣ ਕੰਪਨੀ ਦਾ ਸਟੀਰੀਓ ਆ ਗਿਆ, ਸੀਡੀ ਵਾਲਾ, ਠੀਕ ਹੈ ਵੀਰੇ। ਇਹ ਆ ਗਿਆ ਕਲਾਈਮੇਟ ਕੰਟਰੋਲ ਆ ਇਹਦਾ, ਹਾਂਜੀ, ਉਹ ਮੈਨੂਅਲ ਹੀ ਆ। ਅੱਛਾ, ਇਹ ਮੈਨੂਅਲ ਆਉਂਦਾ, ਜਿਵੇਂ ਪੁਰਾਣੀਆਂ ਕਾਰਾਂ 'ਚ ਆਉਂਦਾ ਸੀ ਉਵੇਂ ਹੀ ਆ, ਠੀਕ ਹੈ ਵੀਰੇ। ਬਾਕੀ ਸਟੀਅਰਿੰਗ ਕੰਟਰੋਲ ਹੈਗਾ, ਸਟੀਅਰਿੰਗ ਵੀ ਚੇਂਜ ਹੋ ਗਿਆ ਇਹਦੇ ਵਿੱਚ, ਇੰਟੀਰੀਅਰ ਸਾਰਾ ਚੇਂਜ ਕਰਤਾ ਇਹ ਵਾਲੇ 'ਚ ਨਾ ਵੀਰੇ? ਬਿਲਕੁਲ, ਇਹ ਦੂਜਾ ਆ ਗਿਆ ਨਾ ਸਟੀਅਰਿੰਗ ਥੱਲੋਂ ਯੂ ਵਾਲਾ। ਓਕੇ, ਹਾਂਜੀ, ਠੀਕ ਹੈ ਵੀਰੇ। ਲਓ ਬਾਈ, ਹੈ ਨਾ, ਚੈੱਕ ਕਰੋ। ਅਤੇ ਬਾਈ ਸਪੇਸ ਵਗੈਰਾ ਤਾਂ ਨਹੀਂ ਫਰਕ ਪਾਇਆ ਗੱਡੀ 'ਚ? ਨਹੀਂ, ਸਪੇਸ ਤਾਂ ਠੀਕ ਆ ਵੀਰੇ, ਉਨੀ ਕੀ ਆ, ਥੋੜ੍ਹਾ ਬਹੁਤ ਫਰਕ ਹੋਊਗਾ, ਥੋੜ੍ਹੀ ਜਿਹੀ ਘੁੱਟਮੀ ਜਿਹਾ ਇਹ ਓਪਨਰ ਆਪਾਂ ਨੂੰ ਇੱਥੇ ਮਿਲ ਜਾਂਦਾ ਬੈਕ ਸਾਈਡ ਦਾ ਨਾ, ਰੀਅਰ ਦਾ। ਅਤੇ ਬਾਕੀ ਪਿੱਛੇ ਆਪਾਂ, ਮੈਂ ਤੁਹਾਨੂੰ ਬੈਕ ਹੀ ਦਿਖਾ ਦਿੰਦਾ, ਸਪੇਸ ਪੱਖੋਂ ਕੋਈ ਐਡਾ ਉਹ ਹੈ ਨਹੀਂ ਨਾ ਬਾਈ, ਠੀਕ ਹੈ, ਸਪੇਸ ਠੀਕ ਹੈ ਇਹਦੇ 'ਚ, ਉਨੀ ਕੀ ਸਪੇਸ ਆ ਜਿੰਨੀ ਕਿ ਪਹਿਲਾਂ ਵਾਲੀ ਪੁਰਾਣੀ ਦੀ ਸੀਗੀ, ਠੀਕ ਹੈ, ਕੋਈ ਖਾਸ ਜ਼ਿਆਦਾ ਫਰਕ ਨਹੀਂ ਆਇਆ। ਮਤਲਬ ਵੀ ਬਸ ਲੁੱਕ ਚੇਂਜ ਕਰੀ ਹੈਗੀ, ਲੁੱਕ ਚੇਂਜ। ਅੱਛਾ, ਇਹ ਇੰਜਨ ਕਿੰਨੇ 'ਚ ਆਉਂਦੀ ਹੈ ਵੀਰੇ ਹੁਣ ਇਹ? ਇੰਜਨ ਉਹੀ 1400 ਹੀ ਆਉਂਦਾ ਇਹਨਾਂ ਦਾ, 1400। ਬਾਈ ਬੈਕ ਸਾਈਡ ਤੋਂ ਵੀ ਦਿਖਾ ਦੂਗਾ ਹਨਾ, 1400 ਵੀ ਆਉਣੋਂ ਹਟ ਗਿਆ ਹੁਣ ਤਾਂ। ਓਕੇ, ਤਾਂ ਪੈਟਰੋਲ 'ਚ ਹੀ ਦਿੰਦੇ 1200 ਵੀਰੇ। ਜਿਹੜੇ ਆ ਸੈਂਸਰ ਨੇ ਕੰਪਨੀ ਫਿੱਟੜੀ ਨੇ? ਹਾਂਜੀ, ਇਹ ਕੰਪਨੀ ਫਿੱਟੜ ਆ, ਇਹ ਨਾਲ ਆਉਂਦੇ ਨੇ ਇਹਦੇ ਵਿੱਚ? ਇਹ ਆਉਂਦੇ ਆ, ਠੀਕ ਹੈ, ਉਹ 'ਚ ਨਹੀਂ ਆਉਂਦੇ ਮੈਨੂੰ ਲੱਗਦਾ। ਨਹੀਂ, ਉਹਦੇ 'ਚ ਨਹੀਂ ਆਉਂਦੇ, ਠੀਕ ਹੈ, ਇਹ 'ਚ ਆਉਂਦੇ ਆ ਹੁਣ। ਓਕੇ, ਇਹ ਫਿਰ ਸਰਕਾਰ ਨੇ ਅਲਾਓ ਕਰਤਾ ਸੀ ਨਾ 2018-19 ਤੋਂ ਬਾਅਦ ਕਾਰਾਂ 'ਚ ਜਾਂ ਕੈਮਰਾ ਲੱਗੂਗਾ ਜਾਂ ਸੈਂਸਰ, ਇੱਕ ਚੀਜ਼ ਲੱਗਣੀ ਹੈ, ਠੀਕ ਹੈ। ਓਕੇ, ਨਾਲ 에ਅਰ ਬੈਗ ਦੀ ਵੀ ਹੋ ਗਈ ਨਾ? ਵੀ 에ਅਰ ਬੈਗ ਹੋ ਗਈ, ABS ਹੋ ਗਿਆ, ਇਹ ਚੀਜ਼ਾਂ ਸਾਰੀਆਂ ਹੋ ਗਈਆਂ। ਬਾਕੀ ਇਹਦੀ ਡਿੱਗੀ ਇਦਾਂ ਖੁੱਲਣ ਲੱਗ ਗਈ ਇਥੋਂ। ਓਕੇ, ਇਹ 'ਚ ਬਟਨ ਦੇਤਾ? ਹਾਂਜੀ, ਅੱਗੇ ਅੰਦਰੋਂ ਖੁੱਲਦੀ ਸੀ, ਹੁਣ ਇਹ ਵਿੱਚੋਂ ਖੁੱਲਣ ਲੱਗ ਗਈ, ਠੀਕ ਹੈ। ਬੂਟ ਸਪੇਸ ਥੋੜਾ ਜਿਹਾ ਫਰਕ ਪਾਇਆ ਪਹਿਲਾਂ ਨਾਲੋਂ? ਬੂਟ ਸਪੇਸ ਖੁੱਲੀ ਆ ਜੀ, ਖੁੱਲੀ ਹੈਗੀ ਨਾ, ਹਾਂਜੀ, ਠੀਕ ਹੈ ਵੀਰੇ। ਲਓ ਜੀ ਬਾਈ, ਹੈ ਨਾ, ਤੇ ਬਾਈ ਚੰਗੀ ਕਾਰ ਹੈ। ਤੇ ਬਾਕੀ ਵੀਰੇ ਕੋਈ ਮਾੜਾ ਮੋਟਾ ਲੱਗੀ ਬੱਜੀ ਤਾਂ ਨਹੀਂ? ਪੇਂਟ ਸ਼ੇਂਟ? ਬੰਪਰ ਪੇਂਟ ਨੇ, ਹਾਂਜੀ, ਬਾਕੀ ਸਾਰੀ ਗੱਡੀ ਸੀਲਡੀ ਆ, ਠੀਕ ਹੈ। ਇੰਜਨ ਪੱਖੋਂ ਦਿਖਾਈਏ ਮਾੜੀ ਜੀ? ਬਿਲਕੁਲ, ਇੰਜਨ ਦਿਖਾ ਦਿੰਦੇ ਹਾਂ ਬਾਈ, ਚੈੱਕ ਕਰ ਲਿਓ, ਤੁਹਾਨੂੰ ਇੰਜਨ ਪੱਖੋਂ ਦਿਖਾ ਦਿੰਦੇ ਹਾਂ ਕਾਰ ਵੀ। ਇੰਜਨ ਪੱਖੋਂ ਵਧੀਆ ਕਾਰ ਬਾਈ, ਸਟਾਰਟ ਕਰਕੇ ਦਿਖਾ ਦਈਏ ਮਾੜਾ, ਚਾਬੀ ਦੇ ਦੋਗੇ?
ਚਾਬੀ ਮੇਰੇ ਬਾਈ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਗਾ ਰਹੇ ਲੋ ਤੇ ਚਾਬੀਆਂ ਦੋਨੇ ਨੇ ਨਾਲ ਵੀਰੇ ਹਾਂਜੀ ਚਾਬੀਆਂ ਦੋਨੇ ਮਿਲਣਗੀਆਂ ਠੀਕ ਹੈ ਵੀਰੇ ਲਓ ਜੀ ਬਾਈ ਚੈੱਕ ਕਰੋ ਤੇ ਸਾਊਂਡ ਠੀਕ ਹੈ ਬਾਈ ਵਧੀਆ ਸਾਊਂਡ ਚੰਗਾ ਕਾਰ ਦਾ ਸਾਊਂਡ ਹੈ ਨਾ ਸਾਊਂਡ ਬਹੁਤ ਵਧੀਆ ਤੇ ਬਾਕੀ ਸਾਰੀ ਵੀਰੇ ਜਿਵੇਂ ਓਕੇ ਰਿਪੋਰਟ ਆ ਸਾਰੇ ਗੁੱਡ ਵੀਰੇ ਸਾਰੀ ਸੀਲ ਆ ਵੀਰੇ ਠੀਕ ਹੈ ਵੀਰੇ ਓਰੀਜਨਲ ਆ ਨਾਲੇ ਸਾਰੇ ਲਓ ਜੀ ਬਾਈ ਚੈੱਕ ਕਰੋ ਬਾਈ ਹੈ ਨਾ ਤੇ ਸਾਊਂਡ ਵਗੈਰਾ ਇੰਜਣ ਦਾ ਠੀਕ ਹੈ ਕੋਈ ਟਰਾਈ ਵੈਸੇ ਕੋਈ ਲੋੜ ਹੈ ਨਹੀਂ ਟਰਾਈ ਲੈਣ ਦੀ ਬਾਈ ਹੋਰਾਂ ਦੇ ਚੰਗੀ ਕਾਰ ਹੀ ਵੇਚਦੇ ਨੇ ਜੇ ਕਿਸੇ ਨੇ ਕਾਰ ਲੈਣੀ ਆ ਬਾਈ ਆਹ ਕਾਰ ਬਾਏ ਕਰ ਸਕਦੇ ਹੋ ਕਿੰਨਾ ਕੁ ਮੁੱਲ ਰੱਖਿਆ ਵੀਰੇ ਕਾਰ ਦਾ ਇਹ ਵੀਰੇ ਰੇਟ ਰੱਖਿਆ ਦਾ 7 ਲੱਖ ਰੁਪਈਆ 7 ਲੱਖ ਰੁਪਈਆ ਹਾਂਜੀ ਓਕੇ ਅੱਛਾ ਨਵੀਂ ਕਿੰਨੇ ਦੀ ਸੀ ਉਦੋਂ ਇਹ ਨਵੀਂ ਸੀਗੀ ਵੀਰੇ 9,20,000 ਦੀ 9,20,000 ਦੀ ਹਾਂਜੀ ਠੀਕ ਹੈ ਲਓ ਬਾਈ 9,20,000 ਦੀ ਉਦੋਂ ਹੈਗੀ ਸੀਗੀ ਠੀਕ ਹੈ ਤੇ ਹੁਣ ਮਤਲਬ ਵੀ ਇੱਕਦਮ ਬੰਦ ਹੋ ਹੀ ਗਈ ਬਾਈ ਹੈ ਨਾ ਤੇ ਮਾਰਕੀਟ 'ਚ ਡਿਮਾਂਡ ਬਹੁਤ ਹੈਗੀ ਤੇ ਰੇਟ ਵੀ ਜਾਇਜ਼ ਆ ਬਾਕੀ ਮੌਕੇ 'ਤੇ ਮਾਨ ਤੁਹਾਨੂੰ ਕੁਛ ਹੋ ਜੂਗਾ ਠੀਕ ਹੈ ਬਾਈ ਔਨ ਟੇਬਲ ਰਿਕਾਰਡ ਹੋ ਜੂਗਾ ਚੰਗੀ ਕਾਰ ਹੈ ਜੇ ਕਿਸੇ ਨੇ ਬਾਏ ਕਰਨੀ ਤਾਂ ਬਾਏ ਕਰ ਲਿਓ ਕਮਲ ਆਟੋ ਡੀਲ ਲੁਧਿਆਣਾ ਤੇ ਵਧੀਆ ਕਾਰਾਂ ਨੇ ਬਾਈ ਹੈ ਨਾ ਹੋਰ ਵੀ ਕਾਰਾਂ ਬਹੁਤ ਨੇ ਇਕੱਲੀ ਇੱਕ ਨਹੀਂ ਹੈਗੀ ਘੱਟੋ ਘੱਟ ਤੁਹਾਨੂੰ ਔਨ ਟੇਬਲ 30-40 ਕਾਰਾਂ ਮਿਲ ਜਾਣਗੀਆਂ ਜਦੋਂ ਤੁਸੀਂ ਬਾਈ ਲਵੇ ਆਓਗੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ